ਮੈਂ ਪ੍ਰਿੰਸੀਪਲ ਸਰ ਨਾਲ ਆਫਿਸ ਬੈਠਾ ਸੀ ਤਾਂ ਇੱਕ ਸਰ ਨੇ ਇੱਕ ਬੀਬੀ ਨੂੰ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਘੂਰੋ ਥੋੜ੍ਹਾ ਜਿਹਾ, ਉਹ ਸ਼ਰਾਰਤਾਂ ਕਰਦਾ, ਪੜਾ ਪੜ੍ਹਦਾ ਨਹੀਂ ਹੈਗਾ। ਤਾਂ ਬੀਬੀ ਨੇ ਕਿਹਾ ਕਿ ਨਾ ਭਾਈ, ਮੈਂ ਤਾਂ ਆਪਣੇ ਪੁੱਤ ਨੂੰ ਪੋਤੇ ਨੂੰ ਕੁਛ ਨਹੀਂ ਕਹਿੰਦੀ, ਪੜ੍ਹਦਾ ਪੜ੍ਹੇ, ਨਹੀਂ ਪੜ੍ਹਦਾ ਨਾ ਪੜ੍ਹੇ, ਬਹੁਤ ਜ਼ਮੀਨ ਆਉਂਦੀ ਹੈ, ਸਰਦਾਰ ਪੋਤਾ ਮੇਰਾ। ਤਾਂ ਬੀਬੀ ਸਾਰੀਆਂ ਬੀਬੀਆਂ ਨੂੰ, ਦਾਦਿਆਂ ਨੂੰ, ਮਾਂ ਪਿਓ ਨੂੰ ਮੇਰੀ ਬੇਨਤੀ ਹੈ, ਜੇ ਉਹ ਪੋਤਾ ਪੜ੍ਹਿਆ ਨਾ ਤਾਂ ਉਹ ਸਰਦਾਰੀ ਕਿਸੇ ਕੰਮ ਦੀ ਨਹੀਂ। ਇਸ ਕਰਕੇ ਜੇ ਉਹਨੂੰ ਸਰਦਾਰ ਬਣਾਉਣਾ ਹੈ ਤਾਂ ਉਹਨੂੰ ਪੜ੍ਹਾਓ ਵੀ ਜ਼ਰੂਰ। ਬਸ ਇਹਨਾਂ ਸ਼ਬਦਾਂ ਨਾਲ ਮੈਂ ਦੁਬਾਰਾ ਫਿਰ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਸਕੂਲ ਦਾ ਸਾਥ ਦਵੋ। ਧੰਨਵਾਦ। Thank you.
ਪ੍ਰਿੰਸੀਪਲ ਸਾਹਿਬ ਦਾ ਸਾਰੇ ਬੱਚਿਆਂ ਦਾ ਉਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ।